ਫਿਰੋਜ਼ਪੁਰ ਦੇ ਕਸਬਾ ਗੁਰ ਸਹਾਏ ਦੇ ਵਿੱਚ ਪਿਛਲੇ ਦਿਨੀ 2 ਏਕੜ ਜ਼ਮੀਨੀ ਵਿਵਾਦ ਦੇ ਵਿੱਚ ਇੱਕ ਕੁੜੀ ਦੀ ਮੌਤ ਹੋ ਗਈ ਸੀ ਅਤੇ ਜਿਸ ਦੇ ਵਿੱਚ ਪੁਲਿਸ ਦੇ ਵੱਲੋਂ 11 ਲੋਕਾਂ ਸਣੇ ਕਈ ਅਗਿਆਤ ਲੋਕਾਂ ਦੇ ਉੱਤੇ ਮਾਮਲਾ ਦਰਜ ਕੀਤਾ ਗਿਆ, ਪਰੰਤੂ ਮ੍ਰਿਤਕ ਕੁੜੀ ਦੇ ਪਰਿਵਾਰ ਵਾਲੇ ਮ੍ਰਿਤਕ ਕੁੜੀ ਦਾ ਸੰਸਕਾਰ ਨਾ ਕਰਕੇ ਦੋਸ਼ੀਆਂ ਦੀ ਗ੍ਰਿਫਤਾਰੀ ਅਤੇ ਇਨਸਾਫ ਦੇ ਲਈ ਗੁਰਸਹਾਏ ਪੁਲਿਸ ਥਾਣੇ ਦੇ ਬਾਹਰ ਧਰਨਾ ਲਗਾਇਆ ਹੋਇਆ ਅਤੇ ਇਸ ਧਰਨੇ ਦੇ ਵਿੱਚ ਅਕਾਲੀ ਦਲ ਦੇ ਹਲਕਾ ਇੰਚਾਰਜ ਵਰਦੇਵ ਸਿੰਘ ਨੂਨੀ ਮਾਨ ਧਰਨੇ ਦੇ ਵਿੱਚ ਮੌਜੂਦ ਰਹੇ। ਉਧਰ ਇਸ ਮੌਕੇ ਦੇ ਉੱਤੇ ਜਿੱਥੇ ਧਰਨੇ ਦੇ ਉੱਤੇ ਬੈਠੇ ਪੀੜਤ ਪਰਿਵਾਰ ਦੇ ਲੋਕਾਂ ਦੇ ਵੱਲੋਂ ਸਰਕਾਰ ਅਤੇ ਪੁਲਿਸ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਗਈ, ਉਧਰ ਧਰਨੇ ਦੇ ਵਿੱਚ ਸ਼ਾਮਿਲ ਅਕਾਲੀ ਆਗੂਆਂ ਅਤੇ ਵਰਕਰਾਂ ਦੇ ਵੱਲੋਂ ਵੀ ਪੁਲਿਸ ਦੀ ਨਿਖੇਧੀ ਕੀਤੀ ਗਈ ਹੈ ਤੇ ਦੋਸ਼ੀਆਂ ਨੂੰ ਛੇਤੀ ਤੋਂ ਛੇਤੀ ਫੜਨ ਦੀ ਮੰਗ ਕੀਤੀ ਗਈ ਹੈ। ਕਿ ਮਰਡਰ ਹੋਣ ਤੋਂ ਪਹਿਲਾਂ SHO ਸਾਹਿਬ ਨਾਲ ਮੇਰੀ 8 ਵਜੇ ਗੱਲ ਲਗਾਤਾਰ ਹੁੰਦੀ ਰਹੀ ਕਿ ਸਾਡਾ ਜਿਹੜਾ ਕਤਲ ਕਰ ਦਿੱਤਾ ਜਾਊਗਾ, ਬਹੁਤ ਸਾਰੇ ਬੰਦੇ ਇਕੱਠੇ ਹੋ ਗਏ। ਕਦੇ ਥਾਣੇਦਾਰ ਇਹ ਕਹਿ ਰਿਹਾ ਕਿ ਮੈਂ ਬਾਹਰ ਗਿਆ, ਕਦੇ ਕਹਿ ਰਿਹਾ ਕਿ ਮੇਰੇ ਪਾਸ ਪੁਲਿਸ ਦੀ ਨਫਰੀ ਹੈ ਨਹੀਂ, ਪਰ ਟਾਲ ਮਟੋਲੇ ਕਰਦਾ। ਮੈਂ ਵਾਰੀ ਵਾਰੀ ਮੈਂ 181 ਵੀ ਹੈਲਪਲਾਈਨ ਲਾਉਂਦਾ ਰਿਹਾ, ਪਰ ਬਿਜ਼ੀ ਹੋਣ ਕਰਕੇ ਨਹੀਂ ਲੱਗੀ। ਪਰ ਸਾਹਿਬ ਦਾ ਨੰਬਰ ਹੋਣ ਕਰਕੇ ਮੈਂ ਵਾਰੀ ਵਾਰੀ ਇਹਨਾਂ ਨੂੰ ਫੋਨ ਕਰਦਾ ਰਿਹਾ, ਪਰ ਮਰਡਰ ਹੋਣ ਤੱਕ ਵੀ ਇਹ ਸਾਡੇ ਕੋਲ ਨਹੀਂ ਪਹੁੰਚੇ। ਲਕਸ਼ਮੀ ਦੇਵੀ ਦਾ ਕਤਲ ਹੋ ਗਿਆ, ਅਸੀਂ ਫਰੀਦਕੋਟ ਪਹੁੰਚ ਚੁੱਕੇ ਸੀਗੇ। ਉਸ ਤੋਂ ਕਤਲ ਹੋਣ ਤੋਂ ਬਾਅਦ ਵੀ 2-3 ਘੰਟੇ ਬਾਅਦ ਪੁਲਿਸ ਸਾਡੇ ਘਰੇ ਗਈ ਹੈ, ਯਾਨੀ ਕਿ ਮਰਡਰ ਹੋਣ ਤੋਂ ਪਹਿਲਾਂ 2 ਘੰਟੇ ਪਹਿਲਾਂ ਦੱਸ ਦਿੱਤਾ ਗਿਆ ਸੀਗਾ SHO ਸਾਹਿਬ ਨੂੰ ਕਿ ਸਾਡੇ ਘਰੇ ਵਾਰਦਾਤ ਕਰਨ ਲਈ ਗੁੰਡੇ ਇਕੱਠੇ ਹੋ ਰਹੇ ਆ, ਪਰ ਇਹਨਾਂ ਦੇ ਅੰਦਰ ਕੋਈ ਗੋਲ ਆਂਡੇ ਰੱਖੇ ਗਏ ਸੀਗੇ, ਜਿਹਦੇ ਨਾਲ ਇਹਨਾਂ ਨੇ ਸਾਡੀ ਇੱਕ ਵੀ ਗੱਲ ਨਹੀਂ ਸੁਣੀ। ਅਸੀਂ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਹਾਂ ਕਿ ਇੱਥੋਂ ਦੇ ਤੁਰਤ DSP ਸਾਹਿਬ, SHO ਸਾਹਿਬ, ਇਹਨਾਂ ਨੂੰ ਤੁਰਤ ਸਸਪੈਂਡ ਕੀਤਾ ਜਾਵੇ ਅਤੇ ਸਾਡੇ ਇਨਸਾਫ ਦਵਾਇਆ ਜਾਵੇ। ਜਿੰਨਾ ਚੱਕਰ ਇਹਨਾਂ ਨੂੰ ਇੱਥੋਂ ਸਸਪੈਂਡ ਨਹੀਂ ਕੀਤਾ ਜਾਂਦਾ, ਕਾਤਲ ਫੜੇ ਨਹੀਂ ਜਾਂਦੇ, ਅਸੀਂ ਆਪਣੀ ਭਤੀਜੀ ਲਕਸ਼ਮੀ ਦੇਵੀ ਦਾ ਅੰਤਮ ਸੰਸਕਾਰ ਨਹੀਂ ਕਰਾਂਗੇ। ਉਸ ਮਾਡਮ ਤੋਂ ਬਾਅਦ ਹੀ ਕੱਲ੍ਹ ਸਾਡੇ ਘਰੇ ਪੁਲਿਸ ਇਹ ਦਬਾਅ ਪਾ ਰਹੀ ਹੈ ਕਿ ਛੇਤੀ ਸੰਸਕਾਰ ਕਰੋ, ਛੇਤੀ ਸੰਸਕਾਰ ਕਰੋ, ਪਰ ਅਸੀਂ ਸੰਸਕਾਰ ਨਹੀਂ ਕਰਨਾ। ਅਣਮਿੱਥੇ ਸਮੇਂ ਲਈ ਧਰਨਾ ਸਾਡਾ ਜਾਰੀ ਰਹੂਗਾ ਤੇ ਜਾਰੀ ਰੱਖਾਂਗੇ ਵੀ। ਔਰ ਬਹੁਤ ਹੀ ਜਿਵੇਂ ਇਹ ਕਬੱਡੀ ਦੇ ਹੋਣਹਾਰ ਖਿਡਾਰਨ ਸੀਗੇ, ਇਸੇ ਤਰ੍ਹਾਂ ਹੀ ਰੈਸਲਿੰਗ ਦਾ ਇੱਕ ਉੱਭਰਦਾ ਖਿਡਾਰੀ ਸੀ ਪਿੰਡ ਗੁਲਾਮ ਪੱਤਰਾ ਦਾ, 18 ਸਾਲ ਦੀ ਉਮਰ ਦੇ ਵਿੱਚ ਉਹਦਾ ਚੜ੍ਹਦੀ ਉਮਰ ਦੇ ਵਿੱਚ ਉਹਦਾ ਕਤਲ ਕਰ ਦਿੱਤਾ ਗਿਆ। ਪਾਲੇ ਚੱਕ 'ਚ 2 ਕਤਲ ਕਰ ਦਿੱਤੇ ਗਏ। ਪੁਲਿਸ ਬਜਾਏ ਦੋਸ਼ੀਆਂ 'ਤੇ ਕਾਰਵਾਈ ਕਰਨ ਦੇ ਉਹਨਾਂ ਨੂੰ ਪ੍ਰੋਟੈਕਸ਼ਨ ਦਿੰਦੀ ਹੈ। ਅੱਜ ਸਾਨੂੰ ਮਜਬੂਰਨ ਇਨਸਾਫ ਦੀ ਖਾਤਰ ਇੱਥੇ ਆ ਕੇ ਧਰਨਾ ਲਾਉਣਾ ਪਿਆ, ਔਰ ਸਾਡੀ ਧੀ ਦੀ ਲਾਸ਼ ਹੈ ਜਿਹੜੀ ਅੱਜ ਸੜਕਾਂ ਦੇ ਉੱਤੇ ਰਲ ਰਹੀ ਹੈ। ਮਜਬੂਰਨ ਪਰਿਵਾਰ ਜਿਹੜਾ ਕੀਰਨੇ ਪਾ ਰਿਹਾ ਤੁਸੀਂ ਦੇਖ ਰਹੇ ਹੋ, ਉਹਨਾਂ ਦਾ ਹਾਲ ਜਿਹੜਾ ਦੇਖਿਆ ਹੀ ਬਣਦਾ। ਅਸੀਂ ਸਮੁੱਚੀ ਅਕਾਲੀ ਦਲ ਦੀ ਲੀਡਰਸ਼ਿਪ ਹਲਕੇ ਦੀ ਔਰ ਸਮੁੱਚੇ ਗੁਰੂਸਰ ਨਿਵਾਸੀ, ਮੈਂ ਵਪਾਰ ਮੰਡਲ ਦੇ ਪ੍ਰਧਾਨ ਆ ਜਿਹੜੇ ਸਾਡੇ ਇੱਥੋਂ ਦੇ ਸਤਿੰਦਰ ਭੰਡਾਰੀ ਜੀ, ਉਹਨਾਂ ਨੂੰ ਵੀ ਮੈਂ ਬੇਨਤੀ ਕੀਤੀ ਹੈ ਕਿ ਜੇ ਉਹਨਾਂ ਨੂੰ ਲੱਗਦਾ ਕਿ ਇਨਸਾਨੀਅਤ ਦਾ ਕਤਲ ਹੋਇਆ ਇਹ, ਤੇ ਮੈਂ ਉਹਨਾਂ ਨੂੰ ਬੇਨਤੀ ਕੀਤੀ ਹੈ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਸਾਡਾ ਸਾਥ ਦੇ। ਸਰ ਇਹ ਧਰਨਾ ਕਦੋਂ ਤੱਕ ਜਾਰੀ ਰਹੇਗਾ ਜੀ? ਇਹ ਜਦੋਂ ਤੱਕ ਸਾਨੂੰ ਇਨਸਾਫ ਨਹੀਂ ਮਿਲ ਜਾਂਦਾ ਗਾ, ਸਾਡੀ ਧੀ ਦੇ ਕਾਤਲਾਂ ਨੂੰ ਫੜਿਆ ਨਹੀਂ ਜਾਂਦਾ ਗਾ, ਉਹਨਾਂ ਚਿਰ ਇਹ ਧਰਨਾ ਜਿਹੜਾ ਜਾਰੀ ਰਹੂਗਾ। ਉਹਨਾਂ ਚਿਰ ਸੰਸਕਾਰ ਵੀ ਨਹੀਂ ਕੀਤਾ ਜਾਏਗਾ ਜੀ? ਸੰਸਕਾਰ ਵੀ ਪਰਿਵਾਰ ਵਾਲਿਆਂ ਨੇ ਫੈਸਲਾ ਕੀਤਾ ਕਿ ਜਿੰਨਾ ਚਿਰ ਇਨਸਾਫ ਨਹੀਂ ਮਿਲਦਾ ਗਾ, ਸਾਰੇ ਕਾਤਲ ਨਹੀਂ ਫੜੇ ਜਾਂਦੇ ਗੇ,
ਔਰ ਜਿਹੜੇ ਇੱਥੋਂ ਦੇ SHO ਹੈ ਜਿਹਦੀ ਸ਼ਹਿ ਤੇ ਸਾਰਾ ਕੁਛ ਹੁੰਦਾ, ਜਿੰਨਾ ਚਿਰ ਉਹਨੂੰ ਸਸਪੈਂਡ ਨਹੀਂ ਕੀਤਾ ਜਾਂਦਾ ਗਾ ਉਹਨਾਂ ਚਿਰ ਇਹ ਧਰਨਾ ਵੀ ਜਾਰੀ ਰਹੂਗਾ ਤੇ ਸੰਸਕਾਰ ਵੀ ਨਹੀਂ ਕੀਤਾ ਜਾਊਗਾ। ਠੀਕ ਹੈ ਜੀ। ਹਥਿਆਰ ਵੀ ਫੜ ਲਏ, ਰਾਈਫਲ ਵੀ ਫੜ ਲਈ, ਟਰੈਕਟਰ ਵੀ ਫੜ ਲਿਆ, ਫਿਰ ਉਹਦੀ ਗੱਡੀ ਵੀ ਫੜ ਲਈ, ਨਾਲ ਉਹਦੇ ਤਿੰਨ ਜਿਹੜੇ ਮੇਨ ਸੀਗੇ ਦੋ ਹੋਰ ਨਾਲ ਸੀਗੇ ਉਹ ਸਾਥੀ ਉਹ ਵੀ ਫੜ ਲਏ। ਫਿਰ ਪਿੰਡ ਵਾਲਿਆਂ ਦਾ ਲਗਾਤਾਰ ਰੋਸ ਜਿਹੜਾ ਵੱਧਦਾ ਜਾਂਦਾ, ਉਹ ਕਾਰਨ ਕੀ ਹੈ ਜੀ? ਇਹ ਕੱਲ੍ਹ ਦੇ ਇਹੋ ਕਹਿ ਰਹੇ ਵੀ ਤੁਸੀਂ ਬੰਦੇ ਨਹੀਂ ਫੜੇ, ਅਸੀਂ ਬੰਦੇ ਫੜ ਕੇ ਅਰੈਸਟ ਪਾ ਦਿੱਤੀ ਉਹਨਾਂ ਦੀ ਕੱਲ੍ਹ ਦੀ, ਅੱਜ ਕੋਰਟ ਦੇ ਵਿੱਚ ਪੇਸ਼ ਕਰ। ਅਗਲੀ ਹੁਣ ਕੀ ਰਣਨੀਤੀ ਹੈ ਜੀ ਪੁਲਿਸ ਦੀ ਜਾਂ ਪਿੰਡ ਵਾਲਿਆਂ ਦੀ? ਜਿਹੜੇ ਹੋਰ 7 ਬੰਦੇ ਫੜਨ ਵਾਲੇ ਅਸੀਂ ਸ਼ਾਰਟਲੀ ਬਹੁਤ ਜਲਦੀ ਤੋਂ ਜਲਦੀ ਉਹਨਾਂ ਨੂੰ ਫੜ ਲਾਂਗੇ ਜਾਂ ਉਹ ਸਾਡੇ ਪੇਸ਼ ਹੋ ਰਹੇ। ਕਿਹੜੇ ਕਿਹੜੇ ਬੰਦੇ ਰਹਿ ਗਏ ਜੀ? ਨਾਂ ਕੋਈ ਹੈ? 7 ਬੰਦਿਆਂ ਦੀ ਲਿਸਟ ਹੈਗੀ ਮੇਰੇ ਕੋਲ। ਕੁਛ ਅਣਪਛਾਤੇ ਵੀ ਹੈਗੇ ਵਿੱਚ? ਕੁਝ ਅਣਪਛਾਤੇ ਹੈਗੇ, ਉਹ ਵੀ ਅਸੀਂ ਆਈਡੈਂਟੀਫਾਈ ਕਰ ਲਏ, ਸ਼ਾਰਟਲੀ ਉਹਨਾਂ ਨੂੰ ਫੜ ਲਾਂਗੇ। ਜੀ ਪਹਿਲੇ ਵੀ ਵਿਨੇ ਕਾਂਡ 'ਚ ਵੀ ਕਹਿੰਦੇ ਹਾਲੇ 6 ਮਹੀਨੇ ਬੀਤ ਜਾਣ ਦੇ ਬਾਅਦ ਗ੍ਰਿਫਤਾਰੀ ਕੋਈ ਨਹੀਂ ਹੋਈ? ਉਹਦੇ ਵਿੱਚ ਇੱਕ ਸਿੱਧ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਣ ਗਈ ਹੈ ਜਿਹਦੇ ਸਾਡੇ SP ਇਨਵੈਸਟੀਗੇਸ਼ਨ ਕੈਂਡੀਡੇਟ ਉਹ ਵੀ ਇਨਵੈਸਟੀਗੇਸ਼ਨ ਕਰ ਰਹੇ। ਫਿਰੋਜ਼ਪੁਰ ਤੋਂ